ਤੀਸਰੇ ਘੱਲੂਘਾਰੇ ਦੀ ਯਾਦ ਹੈ ਜਿਹੜੀ ਉਹ ਆਪਾਂ ਮਨਾ ਰਹੇ ਹਾਂ। ਕੁਦਰਤ ਦੇ ਵੱਸ ਕੁਝ ਅਜਿਹੇ ਆਪਾਂ ਨੂੰ ਗੈਸਟ ਮਿਲ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ, ਤੇ ਜਿਨ੍ਹਾਂ ਨੇ ਉਸ ਸਮੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਦੇ ਨਾਲ ਸਮਾਂ ਬਿਤਾਇਆ। ਮੈਨੇਜਰ ਸਾਹਿਬ ਆਪਣੀ ਜ਼ਿੰਦਗੀ ਦਾ ਉਹ ਸਮਾਂ ਦੱਸ ਕੇ ਗਏ ਨੇ, ਸਰਾ ਬਲਦੇਵ ਸਿੰਘ। ਹੁਣ ਮੇਰੇ ਨਾਲ ਸਰਦਾਰ ਜਸਪਾਲ ਸਿੰਘ ਜੀ ਸਿੱਧੂ, ਸੀਨੀਅਰ ਪੱਤਰਕਾਰ, ਜਿਹੜੇ ਪੱਤਰਕਾਰ ਦੇ ਤੌਰ ਤੇ ਉਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਸਨ, ਤੇ ਦਰਬਾਰ ਸਾਹਿਬ ਦੀ ਉਹ ਰਿਪੋਰਟਿੰਗ ਉਸ ਸਮੇਂ ਦੀਆਂ ਘਟਨਾਵਾਂ ਉਹ ਕਰਦੇ ਰਹੇ ਨੇ। ਉਹਨਾਂ ਨੇ ਹੁਣ ਕਿਤਾਬ ਜਿਹੜੀ ਲਿਖੀ ਹੈ ਸੰਤ ਪਿੰਡਰਾਂ ਵਾਲਿਆਂ ਦੇ ਰੂਬਰੂ, ਜੂਨ 1984 ਦੀ ਪੱਤਰਕਾਰੀ। ਸਰਦਾਰ ਸਾਹਿਬ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਬਹੁਤ 2 ਵਜੇ ਆ ਸਵੇਰ ਦੇ, ਤੁਸੀਂ ਬੇਨਤੀ ਮੰਨੀ ਹੈ। ਤੇ ਮੈਂ ਇਸ ਨੂੰ ਤੁਹਾਡਾ ਹੁਣ ਸਦ ਉਪਯੋਗ ਕਰਨਾ ਚਾਹੁੰਦਾ, ਆਪਣੇ ਕੋਲ ਜਿੰਨਾ ਕੁ ਵੀ ਸਮਾਂ ਬਚਿਆ। ਮੈਨੂੰ ਇਸ ਤਰ੍ਹਾਂ ਦੱਸਿਓ ਜੀ ਕਿ ਜਦ ਇਹ ਘਟਨਾਵਾਂ ਸਾਰੀਆਂ ਆਲੇ ਦੁਆਲੇ ਘਟ ਰਹੀਆਂ ਨੇ, ਇੰਦਰਾ ਗਾਂਧੀ ਦੇ ਮਨ ਚ ਖੋਟ ਹੈ, ਇੱਕ ਬੰਨੇ ਅਕਾਲੀਆਂ ਨਾਲ ਉਹ ਮੀਟਿੰਗਾਂ ਕਰ ਰਹੀ ਹੈ, ਦੂਜੇ ਵੱਲੋਂ ਮਿਲਟਰੀ ਭੇਜ ਰਹੀ ਹੈ, ਆਮ ਸਹਿਮਤੀ ਰੰਗ ਲਿਆ ਰਹੀ ਹੈ, ਹਮਲੇ ਦਾ ਜਿਹੜਾ ਬੰਨ ਨੂੰ ਬੰਨਿਆ ਜਾ ਰਿਹਾ, ਪੱਤਰਕਾਰ ਦੀ ਨਿਗਾਹ ਦੇ ਨਾਲ ਉਸਨੂੰ ਕਿਵੇਂ ਤੁਸੀਂ ਦਰਸਾ ਸਕਦੇ ਹੋ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਖਾਸ ਹੋਈਆਂ ਜਿਹੜੀਆਂ ਫੌਜ ਬੁਲਾਉਣ ਦੇ ਲਈ ਸਰਕਾਰ ਹੈ ਜਿਹੜੀ ਉਹ ਐਕਸ਼ਨ ਉਹਦੇ ਤੇ ਕਰ ਰਹੀ ਹੈ, ਇੰਦਰਾ ਗਾਂਧੀ ਇਹਦੇ ਵਿੱਚ ਕਿਸ ਤਰ੍ਹਾਂ ਕੀ ਕਰ ਰਹੀ ਹੈ, ਜਾਂ ਕੁਝ ਪੰਜਾਬ 'ਚ ਅਜਿਹੀਆਂ ਘਟਨਾਵਾਂ ਹੋਈਆਂ, ਢਿਲਵਾ ਬੱਸ ਕਾਂਡ ਹੋਈ, ਪੰਨੂਆਂ ਦੇ ਨਸ਼ਹਿਰੇ ਬੱਸ ਕਾਂਡ ਦੇ ਵਿੱਚ ਹਿੰਦੂ ਜਿਹੜੇ ਵੀਰ ਨੇ ਉਹ ਮਾਰੇ ਗਏ, ਕੀ ਇਹ ਸਾਰੀਆਂ ਘਟਨਾਵਾਂ ਰਲਾ ਕੇ ਹਮਲੇ ਦਾ ਬੰਨ ਨੂੰ ਬੰਨਿਆ ਗਿਆ ਜਾਂ ਹੋਰ ਵੀ ਕੁਝ ਹੈ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਹੋ? ਅਸਲ ਵਿੱਚ ਜੀ ਹਮਲੇ ਦਾ ਜਿਹੜਾ ਬੰਨ ਉਹ ਸ਼ੁਰੂ ਹੋ ਗਿਆ ਸੀ ਧਰਮਯੁੱਧ ਮੋਰਚਾ ਲਾਉਣ ਤੋਂ ਬਾਅਦ ਹੀ, 4 ਮਾਰਚ 1982 ਨੂੰ ਜਦੋਂ ਲੱਗਿਆ ਮੋਰਚਾ, ਮੋਰਚੇ ਵਿੱਚ ਮੰਗਾਂ ਸੀ ਤੇ ਮੰਗਾਂ ਦੀ ਗੱਲ ਨੂੰ ਉਹਨਾਂ ਨੇ ਪਰਦਾ ਪਾਉਣ ਲਈ, ਪਿੱਛੇ ਸੁੱਟਣ ਲਈ, ਤੇ ਉਸੇ ਟਾਈਮ ਸ਼ੁਰੂ ਕਰਤਾ ਸੀ ਵੀ ਸਿੱਖਾਂ ਦੀ ਜਿਹੜੀ ਲੜਾਈ ਹੈ ਉਹ ਵੱਖਰੇ ਹੋਣ ਦੀ ਲੜਾਈ ਹੈ, ਦੇਸ਼ ਨੂੰ ਤੋੜਨ ਦੀ ਲੜਾਈ ਹੈ, ਇਹ ਲੜਾਈ ਸਾਰੀ ਪਾਕਿਸਤਾਨ ਦੀ ਸ਼ਹਿਰ ਉੱਤੇ ਲੜੀ ਜਾ ਰਹੀ ਹੈ। ਇਸ ਕਰਕੇ ਇਹਨਾਂ ਨੇ ਸਾਰਾ ਉਹਦਾ ਰੁੱਖ ਹੀ ਵੱਖਰੇ ਪਾਸੇ ਕਰਤਾ ਸੀ। ਉਸ ਤੋਂ ਬਾਅਦ ਫਿਰ ਛੋਟੀਆਂ ਛੋਟੀਆਂ ਘਟਨਾਵਾਂ ਕਰਨੀਆਂ ਸ਼ੁਰੂ ਹੋਈਆਂ, ਕਰਵਾਉਣੀਆਂ ਸ਼ੁਰੂ ਹੋਈਆਂ, ਕਿੱਥੋਂ ਹੋਈਆਂ ਇਹਨਾਂ ਦੇ ਬਾਰੇ ਹਜੇ ਵੀ ਨਹੀਂ ਪਤਾ, ਪਰ ਕਿਹਾ ਜਾਂਦਾ ਕਿ ਮਾਹੌਲ ਤਿਆਰ ਕਰਨ ਲਈ ਸਾਰਾ ਕੁਛ ਕੀਤਾ ਗਿਆ। ਹਾਂਜੀ, ਉਸ ਤੋਂ ਬਾਅਦ ਫਿਰ ਇਸ ਤਰੀਕੇ ਦਾ ਮਾਹੌਲ ਤਿਆਰ ਹੋਇਆ ਵੀ ਇੱਥੇ ਹਿੰਦੂ ਆਰਗੇਨਾਈਜੇਸ਼ਨਾਂ ਖੜੀਆਂ ਕਰਕੇ, ਸਿੱਖਾਂ ਦੇ ਵਿਰੁੱਧ ਹਿੰਦੂ ਆਰਗੇਨਾਈਜੇਸ਼ਨਾਂ ਖੜੀਆਂ ਹੋਈਆਂ, ਤਕਰੀਬਨ ਅੱਧੀ ਦਰਜਨ ਸਰਗਰਮ ਹਿੰਦੂ ਆਰਗੇਨਾਈਜੇਸ਼ਨਾਂ ਇੱਥੇ ਕੰਮ ਕਰਨ ਲੱਗ ਗਈਆਂ ਔਰ ਬੜੇ ਬਿਆਨ ਦੇਣ ਲੱਗ ਗਏ, ਔਰ ਸਖ਼ਤ ਬਿਆਨ ਜਿਹੜੇ ਫਿਰਕਾ ਪ੍ਰਸਤੀ ਵਾਲੇ ਬਿਆਨ ਸੀ ਉਹ ਦੇਣੇ ਸ਼ੁਰੂ ਕਰਤੇ, ਤੇ ਕਾਂਗਰਸ ਦੇ ਆਪਣੇ ਬਿਆਨ ਵੀ ਆਉਣ ਲੱਗ ਗਏ। ਦੂਸਰਾ ਇਹਦੇ ਨਾਲ ਨਾਲ ਇਹ ਹੋਇਆ ਵੀ ਜਿਵੇਂ ਉੱਥੇ ਮੰਦਰ ਇੱਕ ਦਰਬਾਰ ਸਾਹਿਬ ਦੇ ਨੇੜੇ ਇੱਕ ਗਲੀ ਦੇ ਵਿੱਚ ਇੱਕ ਛੋਟਾ ਜਿਹਾ ਮੰਦਰ ਸੀ, ਉਹਦੇ ਵਿੱਚ ਇੱਕ ਗਊ ਦੀ ਪੂਛ ਸੁੱਟ ਦਿੱਤੀ ਗਈ ਕੱਟ ਕੇ, ਇਹੋ ਜਿਹੇ ਨਿੱਕੇ ਨਿੱਕੇ ਇੰਸੀਡੈਂਟ ਕੀਤੇ ਗਏ। 2 ਇੰਸੀਡੈਂਟ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਪਹਿਲਾਂ, ਇਹ ਇੰਸੀਡੈਂਟ ਹੋਏ। ਇਸ ਤੋਂ ਇਲਾਵਾ ਹੋਰ ਇਸ ਤੋਂ ਇਲਾਵਾ ਵੀ ਪਹਿਲਾਂ ਹੋਰ ਇੰਸੀਡੈਂਟ ਵਗੈਰਾ ਹੁੰਦੇ ਰਹੇ, ਜਿਵੇਂ ਖਾਸ ਕਰਕੇ ਪੰਜਾਬ ਤੋਂ ਬਾਹਰ ਸਿੱਖਾਂ ਤੇ ਹਮਲਾ ਹੋਇਆ ਔਰ ਅਟੈਕ ਹੋਏ ਪਾਣੀਪਤ ਵਿੱਚ, ਔਰ ਪੰਜਾਬ ਤੋਂ ਜਾਂਦੇ ਹੋਏ ਜਦੋਂ ਬਾਹਰ ਜਾ ਰਹੇ ਸੀ ਸਿੱਖ ਤੇ ਉਹਨਾਂ ਦੀਆਂ ਪੱਗਾਂ ਉਤਾਰੀਆਂ ਗਈਆਂ, ਜਦੋਂ ਏਸ਼ੀਆ ਦੀਆਂ ਗੇਮਾਂ ਵਗੈਰਾ ਹੋ ਰਹੀਆਂ ਸੀ ਵੀ ਉਹਨਾਂ ਦੀ ਚੈਕਿੰਗ ਹੋਈ, ਉਹਨਾਂ ਨੂੰ ਜਾਣ ਕੇ ਜਲੀਲ ਕੀਤਾ ਗਿਆ। ਇਸ ਕਰਕੇ ਮਾਹੌਲ ਲਗਾਤਾਰ ਖਰਾਬ ਕੀਤਾ ਗਿਆ ਔਰ ਫਿਰਕਾ ਪ੍ਰਸਤੀ ਵੱਲ ਮੋੜ ਦਿੱਤਾ ਗਿਆ ਸਾਰਾ। ਇਹ ਦੇਸ਼ ਵਿੱਚ ਇਹ ਗੱਲ ਫੈਲਾਈ ਗਈ ਬੜੇ ਜ਼ੋਰ ਸ਼ੋਰ ਨਾਲ ਵੀ ਇਹ ਪਾਕਿਸਤਾਨ ਦੀ ਸ਼ਹਿਰ ਤੇ ਹੋ ਰਿਹਾ, ਦੇਸ਼ ਤੋੜ ਰਹੇ ਆ, ਦੇਸ਼ ਨੂੰ ਬਚਾਓ। ਬਸ ਉਹਨਾਂ ਨੇ ਦੇਸ਼ ਬਚਾਉਣ ਦੀ ਜਿਹੜੀ ਉਤਾਰ ਸਾਰੇ ਦੇਸ਼ ਵਿੱਚ ਉਹਦੇ ਨਾਲ ਹੋਈ, ਉਹਦਾ ਹਿੰਦੂ ਸਾਰਾ ਇੰਦਰਾ ਗਾਂਧੀ ਦੇ ਪਿੱਛੇ, ਬਹੁਤ ਗਿਣਤੀ ਹਿੰਦੂ ਭਾਈਚਾਰਾ ਇਹਨਾਂ ਦੇ ਪਿੱਛੇ ਇਕੱਠਾ ਹੋ ਗਿਆ ਦੇਸ਼ ਤੋਂ ਬਾਹਰ ਖਾਸ ਕਰਕੇ, ਤੇ ਇੱਥੇ ਵੀ ਪੰਜਾਬ ਦੇ ਵਿੱਚ। ਇਸ ਕਰਕੇ ਕੋਸ਼ਿਸ਼ ਕੀਤੀ ਵੀ ਆਈਸੋਲੇਟ ਕੀਤਾ ਜਾਵੇ, ਆਈਸੋਲੇਟ ਕਰਕੇ ਤੋਂ ਡੇ 1 ਤੋਂ ਹੀ ਅਸੀਂ ਕਹਿ ਸਕਦੇ ਹਾਂ ਵੀ ਲਗਾਤਾਰ ਤਿਆਰੀ ਸੀ ਵੀ ਮਾਹੌਲ ਵਿਗਾੜਿਆ ਜਾਵੇ। ਇਸ ਕਰਕੇ ਮੰਗਾਂ ਤਾਂ ਵਿੱਚ ਵਿਚਾਲੇ ਰਹਿ ਗਈਆਂ। ਤਕਰੀਬਨ 2 ਸਾਲ ਮੋਰਚਾ ਚੱਲਦਾ ਰਿਹਾ, 2 ਸਾਲ ਤੋਂ ਦੇ ਨੇੜੇ ਤੇੜੇ, ਥੋੜਾ ਜਿਹਾ 2 ਮਹੀਨੇ ਘੱਟ, ਪਰ ਇਹਦੇ ਵਿੱਚ 3 ਲੱਖ ਦੇ ਨੇੜੇ ਤੇੜੇ ਗ੍ਰਿਫਤਾਰੀਆਂ ਵੀ ਦਿੱਤੀਆਂ
ਔਰ ਥਾਂ ਥਾਂ ਗ੍ਰਿਫਤਾਰੀਆਂ ਦਿੱਤੀਆਂ ਅਕਾਲੀ ਵਲੰਟੀਅਰ ਨੇ, ਤੇ ਪਰ ਉਹਨਾਂ ਦਾ ਕਿਤੇ ਕੋਈ ਜ਼ਿਕਰ ਨਹੀਂ ਆਇਆ। ਸਾਰਾ ਕੁਛ ਇਹ ਸਾਰਾ ਮਾਹੌਲ ਹੀ ਪੂਰਾ ਸਿਸਟੇਮੈਟਿਕਲੀ ਪੂਰਾ ਇੱਕ ਸਾਜਿਸ਼ ਅਧੀਨ ਇੱਕ ਇਸ ਕਿਸਮ ਦਾ ਤਿਆਰ ਕੀਤਾ ਜਾਵੇ, ਜਿੱਥੇ ਕਿ ਇੰਦਰਾ ਗਾਂਧੀ ਨੇ ਬਹੁਤ ਵੱਡੇ ਤਰੀਕੇ ਨਾਲ ਸਟ੍ਰਾਈਕ ਕਰਕੇ ਸ਼ੋਅ ਡਾਊਨ ਕਰਨਾ, ਤੇ ਉਹ ਮਾਹੌਲ ਸਾਰਾ ਤਿਆਰ ਕੀਤਾ। ਹਾਂਜੀ ਅੱਛਾ, ਇੱਕ ਦੱਸਿਓ ਮੈਨੂੰ, ਇਹ ਤਾਂ ਦੇਖੋ ਸੁਭਾਵਿਕ ਹੈ, ਜਦ ਸਿੱਖ ਆਪਣੀਆਂ ਜਥੇਬੰਦੀਆਂ ਬਣਾ ਰਹੇ ਨੇ, ਸਿੱਖ ਸਟੂਡੈਂਟ ਫੈਡਰੇਸ਼ਨ ਹੈ, ਜਾਂ ਆਪਣੀਆਂ ਮੰਗਾਂ ਦੀ ਗੱਲ ਕਰ ਰਹੇ ਨੇ, ਤੇ ਪੂਰੇ ਕਰੜੇ ਸ਼ਬਦ ਨਾਲ ਕਰ ਰਹੇ ਨੇ, ਤੇ ਭੈ ਦੇ ਵਿੱਚ ਰਹਿ ਕੇ ਹਿੰਦੂ ਜਿਹੜਾ ਸਮਾਜ ਹੈ ਬਹੁਤ ਵੱਡੀ ਗਿਣਤੀ 'ਚ ਹੈ, ਉਹਨਾਂ ਨੇ ਵੀ ਜੇ ਜਥੇਬੰਦੀਆਂ ਬਣਾ ਲਈਆਂ ਉਹਦੇ 'ਚ ਕੋਈ ਗਲਤ ਗੱਲ ਨਹੀਂ ਹੈ। ਪਰ ਜਿਹੜਾ ਇੱਕ ਖਾਸ ਕਿਸਮ ਦਾ, ਕਿਉਂਕਿ ਤੁਸੀਂ ਰਿਪੋਰਟਿੰਗ ਕੀਤੀ, ਜਿਹੜੇ ਜਲੂਸ ਦੋ ਕੱਢੇ ਗਏ ਜਿਹਦਾ ਹਰਬੰਸ ਲਾਲ ਖੰਨਾ ਨੇ ਅੱਗੇ ਹੋ ਕੇ, ਤੇ ਜਿਸ ਦਿਨ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਤੇ ਗੁਰੂ ਸਾਹਿਬ ਦੀ ਫੋਟੋ ਰਾਮਦਾਸ ਪਾਤਸ਼ਾਹ ਦੀ ਸੁੱਟੀ, ਉਹਦਾ ਕਾਰਨ ਕੀ ਸੀ ਜੀ ਉਸ ਜਲੂਸ ਦਾ? ਦੇਖੋ ਜਦੋਂ ਵੀ ਕੋਈ ਜਿਹੜੇ ਹਿੰਦੂ ਆਰਗੇਨਾਈਜੇਸ਼ਨ ਬਣਨੀਆਂ ਚਾਹੀਦੀਆਂ ਬਣੀਆਂ, ਚਲੋ ਇਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ, ਪਰ ਸਵਾਲ ਇਹ ਹੈ ਵੀ ਇਹ ਕਾਂਗਰਸ ਨੇ ਜਾਣ ਬੁੱਝ ਕੇ ਕਿਸੇ ਹਾਲਾਤ ਨੂੰ ਵਿਗਾੜਨ ਲਈ ਕੀਤੀਆਂ ਸੀ? ਜਿਸ ਤਰੀਕੇ ਨਾਲ ਜਦੋਂ ਇੱਥੇ ਗੱਲਬਾਤ ਹੋ ਰਹੀ ਸੀ ਇੰਦਰਾ ਗਾਂਧੀ ਨਾਲ ਅਕਾਲੀ ਲੀਡਰਾਂ ਦੀ ਦਿੱਲੀ ਦੇ ਵਿੱਚ, ਤਾਂ ਉਹਨਾਂ ਨੇ ਇੱਥੇ ਉਹਨਾਂ ਦਿਨਾਂ ਦੇ ਵਿੱਚ ਇੱਥੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਜਲੂਸ ਕੱਢੇ ਔਰ ਪੰਜਾਬ ਬੰਦ ਦਾ ਸੱਦਾ ਦਿੱਤਾ। ਪੰਜਾਬ ਬੰਦ ਦੇ ਸੱਦੇ ਦੌਰਾਨ ਫਿਰ ਉਹਨਾਂ ਨੇ ਬਹੁਤ ਇੱਥੇ ਦੌੜ ਭੰਦ ਕੀਤੀ, ਪਰ ਕਾਂਗਰਸ ਦੀ ਸਰਕਾਰ ਸੀ ਜਾਂ ਦਿੱਲੀ ਵਿੱਚ ਕਾਂਗਰਸ ਸੀ, ਤੇ ਇਸ ਕਰਕੇ ਉਹ ਇੱਥੇ ਪੁਲਿਸ ਨੂੰ ਵੀ ਇਸ ਕਿਸਮ ਦੀ ਕੋਈ ਇੰਡੀਕੇਸ਼ਨ ਦਿੱਤੀ ਵੀ ਸੀ, ਜਿਹੜੇ ਕਰਕੇ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। ਉਹ ਬੜੇ ਜ਼ੋਰ ਸ਼ੋਰ ਨਾਲ ਹੁਸ਼ਿਆਰਪੁਰ ਦੇ ਵਿੱਚ ਤਾਂ ਉਹਨਾਂ ਨੇ ਸਿੱਖਾਂ ਦੀਆਂ ਦੁਕਾਨਾਂ ਦਾ ਵੀ ਨੁਕਸਾਨ ਕੀਤਾ ਕਾਫੀ, ਤੇ ਇਸ ਕਿਸਮ ਦਾ ਜਦੋਂ ਤੁਸੀਂ ਮਾਹੌਲ ਕਰਦੇ ਹੋ, ਤੇ ਅੰਮ੍ਰਿਤਸਰ ਦਾ ਜਿਹੜਾ ਤੁਸੀਂ ਕਿਹਾ ਵੀ ਉਹਨਾਂ ਨੇ ਦਰਬਾਰ ਸਾਹਿਬ ਦੀ ਰੈਪਲਿਕਾ ਸੀ ਜਿਹੜਾ ਉਹਨੂੰ ਵੀ ਤੋੜਿਆ, ਤੇ ਹੋਰ ਵੀ ਕਈ ਗੁਰੂ ਸਾਹਿਬ ਦੀਆਂ ਜਿਹੜੀਆਂ ਫੋਟੋ ਸੀ ਪੋਰਟਰੇਟ ਲੱਗੇ ਹੋਏ ਸੀ ਰੇਲਵੇ ਸਟੇਸ਼ਨ ਤੇ ਉਹ ਤੋੜੇ, ਤੇ ਇਸ ਕਿਸਮ ਦੀ ਜਿਹੜੀ ਉਤਸਾਹਟ ਤੇ ਭੜਕਾਟ ਦਾ ਕੰਮ ਉਹਨਾਂ ਤੋਂ ਕਰਾਇਆ ਜਾਂਦਾ ਸੀ, ਉਹ ਕੋਈ ਜੈਨੂਇਨ ਲੈਵਲ ਤੇ ਹਿੰਦੂ ਹੱਕਾਂ ਦੇ ਲਈ ਨਹੀਂ ਸੀ ਲੜ ਰਹੀਆਂ, ਉਹ ਭੜਕਾਟ ਲਈ ਸਿਚੁਏਸ਼ਨ ਖਰਾਬ ਕਰਨ ਲਈ ਵਰਤੀਆਂ ਜਾਣੀਆਂ ਜਾਂ ਖੜੀਆਂ ਕੀਤੀਆਂ ਗਈਆਂ ਜਥੇਬੰਦੀਆਂ। ਅੱਛਾ ਇੱਥੇ ਹੀ ਦੱਸਿਓ ਕਿ ਇਹ ਕਿੰਨੀ ਗੱਲ, ਕਿਉਂਕਿ ਕਮਲ ਸੰਧੂ ਨੇ ਜਦ ਸੀਰੀਜ਼ ਕੀਤੀ ਤੁਸੀਂ ਤੇ ਸਰਦਾਰ ਜਵੇਰ ਸਿੰਘ ਨੇ ਉਹਨਾਂ ਉਹਦੇ ਤੇ ਗੱਲਬਾਤ ਕੀਤੀ ਆ, ਮੈਂ ਸੁਣ ਰਿਹਾ ਸਾਂ ਕੱਲ, ਇਹ ਗੱਲ ਕਿੰਨੀ ਕੁ ਸਾਰਥਕ ਹੈ ਸਿੱਧੂ ਸਾਹਿਬ ਕਿ ਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਸਾਹਿਬ ਵਾਲੇ ਅਕਾਲ ਤਖ਼ਤ ਸਾਹਿਬ ਤੇ ਨਾ ਜਾਂਦੇ ਤੇ ਨਾ ਉਹਨਾਂ ਕੋਲ ਹਥਿਆਰ ਹੁੰਦੇ ਤੇ 100 ਦੇ ਕਰੀਬ ਉਹਨਾਂ ਦੇ ਨਾਲ ਮੈਂਬਰ ਹੋਣੇ ਨੇ ਵੱਧ ਤੋਂ ਵੱਧ, ਤਾਂ ਇਹ ਹਮਲਾ ਕਦੇ ਨਹੀਂ ਸੀ ਹੋਣਾ? ਇਹ ਗੱਲ ਕਿੰਨੀ ਕੁ ਸਹੀ ਹੈ? ਪਹਿਲੀ ਗੱਲ ਤਾਂ ਇਹ ਗੱਲ ਹੈ ਵੀ ਜਿੱਥੋਂ ਸਿੱਖਾਂ ਦੀ ਹੋਂਦ ਹੈ ਜਿਹੜੀ, ਜਾਂ ਸਿੱਖ ਕਮਿਊਨਿਟੀ ਦੀ ਹੋਂਦ ਹੈ, ਸਿੱਖ ਕੌਮ ਦੀ ਹੋਂਦ ਹੈ, ਉਹ ਅਕਾਲ ਤਖ਼ਤ ਨਾਲ ਜੁੜੀ ਹੋਈ ਹੈ। ਅਕਾਲ ਤਖ਼ਤ ਜਦੋਂ 1604 ਦੇ ਵਿੱਚ ਅਕਾਲ ਤਖ਼ਤ ਦੀ ਸਿਰਜਣਾ ਜਦੋਂ ਸ੍ਰੀ ਹਰਗੋਬਿੰਦ ਸਾਹਿਬ ਨੇ ਕੀਤੀ, ਤਾਂ ਉਸ ਦੇ ਨਾਲ ਹੀ ਉਹਨਾਂ ਨੇ ਹਥਿਆਰ ਉੱਥੇ ਕਿਹਾ ਆਪਣੇ ਸੇਵਕਾਂ ਨੂੰ ਵੀ ਹਥਿਆਰ ਲੈ ਕੇ ਆਓ, ਤੇ ਹੋਰ ਜਿਹੜਾ ਉਸ ਵੇਲੇ ਦੇ ਲੜਾਈ ਦਾ ਸਮਾਨ ਉਹਨਾਂ ਨੇ ਉੱਥੇ ਕਹਿ ਕੇ, ਇਸੇ ਕਰਕੇ ਫਿਰ ਸਿੱਖਾਂ ਨੇ ਇੱਕ ਬਹੁਤ ਵੱਡੀ ਪਰੰਪਰਾ ਕਿਉਂ ਦੀ ਹੋਣ ਦੇ ਨਾਲ ਜੁੜੀ ਹੋਈ ਪਰੰਪਰਾ ਵੀ ਉਹ ਅਕਾਲ ਤਖ਼ਤ ਦੇ ਹਥਿਆਰ ਲੈ ਕੇ ਜਾਂਦੇ ਆ, ਦਰਬਾਰ ਸਾਹਿਬ ਤੇ ਅਕਾਲ ਲੈ ਕੇ ਜਾਂਦੇ ਆ, ਔਰ ਦਰਬਾਰ ਸਾਹਿਬ ਵਿੱਚ ਬਕਾਇਦਾ ਅੱਜ ਵੀ ਹਥਿਆਰਾਂ ਦੀ ਪੂਜਾ ਹੁੰਦੀ ਹੈ, ਅਕਾਲ ਤਖ਼ਤ ਤੇ ਵੀ ਹੁੰਦੀ ਆ, ਹੋਰ ਸਾਰੇ ਗੁਰਦੁਆਰਾ ਸਾਹਿਬਾਨ ਜਿੱਥੇ ਵੀ ਹੈ ਉੱਥੇ ਹਥਿਆਰ ਰੱਖੇ ਜਾਂਦੇ ਆ, ਉਹਨਾਂ ਦਾ ਡਿਸਪਲੇ ਵਗੈਰਾ ਹੁੰਦਾ, ਉਹ ਸੰਬੋਲਿਕ ਉਹਨਾਂ ਦੀ ਇੱਕ ਤਰ੍ਹਾਂ ਪੂਜਾ ਹੁੰਦੀ ਹੈ, ਤੇ ਇਸ ਕਰਕੇ ਸਾਡੇ ਸਿੱਖਾਂ ਲਈ ਇਹ ਗੱਲ ਕੋਈ ਵੱਖਰੀ ਨਹੀਂ ਸੀ, ਇਹ ਜਾਣ ਬੁੱਝ ਕੇ ਫੈਲਾਈ ਗਈ ਵੀ ਇਹ ਜੀ ਇਹ ਇੱਕ ਤਰੀਕੇ ਨਾਲ ਜੀ ਇਹ ਗਲਤ ਗੱਲ ਹੋ ਰਿਹਾ, ਕਿਉਂਕਿ ਇਦੋਂ ਪਹਿਲਾਂ ਜਿੰਨੀਆਂ ਜੰਗਾਂ ਲੜੀਆਂ ਗਈਆਂ ਅਹਿਮਦ ਸ਼ਾਹ ਅਬਦਾਲੀ ਵੇਲੇ, ਉਸ ਤੋਂ ਬਾਅਦ 47 ਵੇਲੇ, ਉਸ ਤੋਂ ਬਾਅਦ ਫਿਰ ਪੰਜਾਬੀ ਸੂਬੇ ਦਾ ਮੋਰਚਾ, ਇਹ ਸਾਰਾ ਇੱਥੋਂ ਹੀ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਦੇ ਅੰਦਰੋਂ ਹੀ ਹੋਇਆ ਸਾਰਾ ਕੁਛ। ਹਥਿਆਰਬੰਦ ਵੀ ਬੰਦੇ ਅੰਦਰ ਹੀ ਹੁੰਦੇ ਸੀ, ਹਥਿਆਰਬੰਦ ਠੀਕ ਹੈ, ਉਦੋਂ ਬਹੁਤੀਆਂ ਗੰਨਾਂ ਤੇ ਮਸ਼ੀਨ ਗੰਨ ਤੱਕ ਚੱਕ ਹੋਰ ਵੱਡੀ ਹਥਿਆਰਾਂ ਦੀ ਲੋੜ ਨਹੀਂ ਸੀ, ਪਰ ਕਿਰਪਾਨਾਂ ਤੇ ਹੋਰ ਸਾਰਾ ਜਿਹੜਾ ਸਾਜੋ ਸਮਾਨ ਨਾਲ ਸਿੱਖ ਹਰ ਵਕਤ ਤਿਆਰ ਰਹਿੰਦੇ ਸੀਗੇ, ਉਹ ਤਾਂ ਉਹਨਾਂ ਕੋਲੇ ਜਾਂਦੇ ਹੀ ਸੀਗੇ ਉਸ ਵੇਲੇ ਦੇ ਜਿਹੜੇ ਅਸੀਂ ਰਵਾਇਤੀ ਹਥਿਆਰ ਹੈ, ਇਸ ਕਰਕੇ ਕੋਈ ਵੱਖਰੀ ਗੱਲ ਨਹੀਂ ਹੈ,
ਕਿ ਜਾਣ ਬੁੱਝ ਕੇ ਕਹਿਣ ਤੇ ਫੈਲਾਇਆ ਗਿਆ ਵੀ ਇਹ ਪੂਜਾ ਸਥਾਨ ਹੈ। ਪੂਜਾ ਸਥਾਨ ਸਿੱਖ ਤੇ ਜਿਹੜਾ ਮੰਦਿਰ ਪੂਜਾ ਸਥਾਨ ਹੈ ਦੋਨਾਂ ਚ ਫਰਕ ਹੈ। ਮੰਦਿਰ ਦੇ ਵਿੱਚ ਤੁਸੀਂ ਇਹ ਹਥਿਆਰਾਂ ਨਾਲ ਜੋੜ ਕੇ ਗੱਲ ਨਹੀਂ ਕਰ ਸਕਦੇ ਜਾਂ ਕਰਦੇ ਨੀ ਗੇ, ਪਰ ਹੁਣ ਤਾਂ ਉੱਥੇ ਹੁਣ ਤਾਂ ਇਹਨਾਂ ਦੇ ਮੰਦਿਰਾਂ ਵਿੱਚ ਵੀ ਸਾਰਾ ਕੁਛ ਸ਼ੁਰੂ ਹੋ ਗਿਆ। ਤਰਸ਼ੂਲ ਹਥਿਆਰ ਦੇ ਲੈਵਲ ਤੇ ਆ ਗਿਆ, ਤਰਸ਼ੂਲ ਸੰਬੋਲਿਕ ਹਥਿਆਰ ਹੋ ਗਿਆ, ਉਹਦੇ ਪਿੱਛੇ ਹੋਰ ਹਥਿਆਰ ਵੀ ਮੰਦਿਰਾਂ ਚ ਪਹੁੰਚ ਗਏ ਆ, ਤੇ ਉਹ ਸਿੱਖਾਂ ਚ ਤਾਂ ਇਹ ਪੂਰੀ ਰਵਾਇਤ ਹੈ, ਪੁਰਾਣੀ ਔਰ ਪਰੰਪਰਾ ਹੈ। ਹਾਂਜੀ ਅੱਛਾ ਸਵਾਲ ਸਾਹਿਬ, ਜਦ ਤੁਸੀਂ ਮੈਂ ਤੁਹਾਡੀ ਕਿਤਾਬ ਫੇਰ ਗੌਰ ਨਾਲ ਪੜ੍ਹੀ ਵੀ ਕਿੰਨੀ ਕਸ਼ੀਦਗੀ ਆ ਤੁਹਾਡੇ ਤੇ, ਕਿਵੇਂ ਤੁਸੀਂ ਉਸ ਨੂੰ ਪੇਪਰ ਭੇਜਣ ਤੇ ਡਿਸਪੈਚ ਦੀ ਕਿੰਨੀ ਤੰਗੀ ਆ, ਰੇਡ ਹੁੰਦੀ ਆ, ਮਿਲਟਰੀ ਤੁਹਾਨੂੰ ਫੜਨ ਨੂੰ ਜਾਂਦੀ ਆ, ਵੀ ਟਰਾਂਸਮੀਟਰ ਦੱਸ ਕਿੱਥੇ ਆ ਤੇਰਾ ਪਾਕਿਸਤਾਨ ਸਰਕਾਰ ਦਾ, ਇਹਦਾ ਕਾਰਨ ਕੀ, ਤੁਹਾਨੂੰ ਟਾਰਗੇਟ ਕਿਉਂ ਕੀਤਾ, ਬਾਕੀ ਉੱਥੇ ਬਹੁਤ ਫਿਰਦੇ ਸੀ ਭਵਰ ਵਰਗੇ ਤੁਰੇ ਫਿਰਦੇ ਹੋਰ, ਤੁਹਾਨੂੰ ਇਸ ਟਾਰਗੇਟ ਲਈ ਇਹ ਗੱਲ ਕਰਕੇ ਕੀਤਾ ਵੀ ਤੁਹਾਡੀ ਸੰਤ ਭਿੰਡਰਾਂ ਵਾਲਿਆਂ ਨਾਲ ਨੇੜਤਾ ਸੀ, ਜਾਂ ਉਹ ਉਹ ਘਟਨਾ ਕੀ ਹੋਈ ਜਦ ਤੁਹਾਨੂੰ ਉਹਨਾਂ ਨੇ ਕਿਹਾ ਵੀ ਸਾਡਾ ਭਾਈ ਬਣ ਕੇ ਰਹੀ? ਦਲਵੀਰ ਸਿੰਘ ਪੱਤਰਕਾਰ ਨਾਲ ਵੀ ਇਹ ਗੱਲਾਂ ਹੋਈਆਂ ਕਿ ਭਾਈ ਆ ਸਾਡੀ ਪੱਤਰਕਾਰੀ, ਭਾਈ ਆ ਸਾਡੀ ਯਾਰੀ ਨਿਭਾਈ, ਇਹ ਕੀ ਕਾਰਨ ਹੋਇਆ? ਜਾਣ ਵੇਲੇ ਦਰਬਾਰ ਸਾਹਿਬ ਤੋਂ ਪਹਿਲਾਂ ਖੱਬੇ ਪੱਖੀ ਰੁਝਾਨ ਵਾਲੇ ਬੰਦੇ, ਸੰਤ ਜੀ ਦੀ ਕਿਹੜੀ ਇਹੋ ਜਿਹੀ ਗੱਲ ਸੀ ਜਿਹੜੀ ਉਹਨਾਂ ਨਾਲ ਬੈਠ ਕੇ ਤੁਹਾਡੇ ਮਨ ਨੂੰ ਉਹਨੇ ਬਦਲਤਾ ਕਿ ਤੁਸੀਂ ਸੰਤਾਂ ਦੇ ਨੇੜੇ ਰਹਿਣ ਕਰਕੇ, ਜਾਂ ਸ਼ਖਸੀਅਤ ਜਾਂ ਸੱਚ ਦਾ ਤੁਹਾਨੂੰ ਪਤਾ ਲੱਗਿਆ ਕਿ ਗੱਲ ਕੀ ਹੈ? ਸਾਨੂੰ ਇਹ ਕਹਿ ਸਕਦੇ ਹੋ ਵੀ ਅਸੀਂ ਦਲਵੀਰ ਸਿੰਘ ਤਕਰੀਬਨ ਉਸ ਤੋਂ ਬਾਅਦ ਵੀ ਆਪਣੇ ਉਸੇ ਪਹਿਲੇ ਅਕੀਦੇ ਵਿੱਚ ਤੇ ਪਹਿਲੇ ਤੌਰ ਤਰੀਕੇ ਨਾਲ, ਬਾਅਦ ਚ ਵੀ ਦਰਬਾਰ ਸਾਹਿਬ ਦੇ ਫੌਜੀ ਹਮਲੇ ਤੋਂ ਬਾਅਦ ਵੀ ਉਸੇ ਤਰੀਕੇ ਨਾਲ ਲੜਦੇ ਰਹੇ ਆ, ਤੇ ਉਹਨਾਂ ਨੇ ਜਿਸ ਤਰੀਕੇ ਨਾਲ ਪਹਿਲਾਂ ਸੀ, ਮੈਨੂੰ ਵੀ ਇਹ ਲੱਗਦਾ ਵੀ ਜਿਸ ਤਰੀਕੇ ਦੀ ਪਹਿਲਾਂ ਦੀ ਸਾਡੀ ਸੋਚ ਸੀ, ਸੋਚ ਵਿੱਚ ਕੋਈ ਲੰਬਾ ਚੌੜਾ ਫਰਕ ਨਹੀਂ ਆਇਆ, ਪਰ ਸਾਨੂੰ ਅੰਦਰ ਜਾ ਕੇ ਪਤਾ ਲੱਗਿਆ ਵੀ ਲੜਾਈ ਅਸਲ ਵਿੱਚ ਜਿਹੜਾ ਪ੍ਰਾਪੋਗੰਡਾ, ਹੁਣ ਸਾਡੇ ਜਿਹੜੇ ਖੱਬੇ ਪੱਖੀ ਭਰਾ ਹੈ ਸਾਡੇ ਸਾਰੇ, ਇਹਨਾਂ ਨੇ ਕਦੇ ਕੋਈ ਨੇੜੇ ਜਾ ਕੇ ਤਾਂ ਦੇਖਿਆ ਨੀ, ਇਹਨਾਂ ਨੇ ਆਪਣੀ ਓਪੀਨੀਅਨ ਸਾਰੀ ਅਖਬਾਰਾਂ ਦੀਆਂ ਖਬਰਾਂ ਤੋਂ ਬਣਾਈ ਆ। ਅਖਬਾਰਾਂ ਦੀਆਂ ਖਬਰਾਂ ਬਹੁਤ ਹੀ ਸੱਚ ਤੋਂ ਦੂਰ ਹੁੰਦੀਆਂ ਸੀ ਉਹਨਾਂ ਦਿਨਾਂ ਚ, ਤੇ ਅੱਜ ਵੀ ਆ, ਤੇ ਇੰਡੀਆ ਦੇ ਵਿੱਚ ਖਾਸ ਕਰਕੇ, ਤੇ ਇਸ ਕਰਕੇ ਜਿਹੜਾ ਤੁਸੀਂ ਆਪਣਾ ਵਿਚਾਰ ਤਿਆਰ ਕਰਦੇ ਹੋ ਬਾਹਰੋਂ ਦੇਖ ਕੇ ਜਾਂ ਅਖਬਾਰਾਂ ਤੋਂ ਦੇਖ ਕੇ ਜਾਂ ਮੀਡੀਆ ਤੋਂ ਦੇਖ ਕੇ ਜਾਂ ਰੇਡੀਓ ਜਾਂ ਟੀਵੀ ਦੂਰਦਰਸ਼ਨ ਉਹਨਾਂ ਦੇ ਵਿੱਚ ਉਹਨਾਂ ਦਿਨਾਂ ਚ ਸੀ ਉਸ ਤੋਂ ਬਣਾਉਣਾ, ਤੇ ਇਸ ਕਰਕੇ ਸੱਚ ਦੇ ਤੁਸੀਂ ਨੇੜੇ ਨਹੀਂ ਜਾ ਸਕਦੇ। ਸਾਨੂੰ ਅੰਦਰ ਗਏ ਤਾਂ ਸਾਨੂੰ ਸੱਚ ਦਾ ਦੇਖਣ ਦਾ ਮੌਕਾ ਮਿਲਿਆ, ਅਸੀਂ ਦੇਖਿਆ ਸਾਰਾ ਵੀ ਇਹ ਸਹੀ ਮੰਗਾਂ ਲਈ ਆਪਦੀ ਲੜਾਈ ਲੜ ਰਹੇ ਆ, ਔਰ ਇਹ ਕੋਈ ਅੱਜ ਦੀ ਮੰਗ ਨਹੀਂ ਸੀ ਜਿਵੇਂ ਜਿਸ ਤਰੀਕੇ ਨਾਲ ਅਨੰਦਪੁਰ ਸਾਹਿਬ ਦਾ ਰੈਜੋਲੂਸ਼ਨ ਹੈ, ਇਹ ਮੰਗ ਤਾਂ ਬਹੁਤ ਪੁਰਾਣੀ ਮੰਗ ਹੈ, ਇਹ ਤਾਂ 1946 ਵਿੱਚ ਕੈਬਨਿਟ ਮਿਸ਼ਨ ਦੇ ਲੈਵਲ ਤੇ ਵੀ ਇਹ ਪ੍ਰਵਾਨ ਹੋ ਗਈ ਸੀ, ਸਾਰੀ ਕਾਂਗਰਸ ਨੇ ਵੀ ਕਰ ਲਈ ਸੀ, ਨਹਿਰੂ ਨੇ ਵੀ ਕਰ ਲਈ ਸੀ, ਪਟੇਲ ਤੇ ਨਹਿਰੂ ਇਹਨਾਂ ਨੇ ਕਰ ਲਈ ਸੀ, ਇਸ ਕਰਕੇ ਕੋਈ ਨਵੀਂ ਮੰਗ ਨਹੀਂ ਸੀ ਜਿਹੜੀ ਅਨੰਦਪੁਰ ਸਾਹਿਬ ਦਾ ਰੈਜੋਲੂਸ਼ਨ ਸੀ, ਉਹੀ ਮੇਨ ਮੰਗ ਸੀ ਉਹਦੇ ਨਾਲ, ਬਾਕੀ ਇਹ ਸਾਰੀਆਂ ਮੰਗਾਂ ਉਸੇ ਨਾਲ ਹੀ ਜੁੜੀਆਂ ਸੀ, ਪਾਣੀਆਂ ਦਾ ਹੱਕ ਪੰਜਾਬ ਦਾ, ਦਰਿਆਵਾਂ ਦੇ ਪਾਣੀਆਂ ਦੇ ਹੱਕ ਪੰਜਾਬ ਦਾ ਬਣਦਾ, ਇਹ ਸਾਰਾ ਕੁਛ ਐਰਾ ਵਗੈਰਾ ਮੇਨ ਮੰਗਾਂ ਉਸੇ ਨਾਲ ਹੀ ਜੁੜੀਆਂ ਹੋਈਆਂ ਸੀ। ਇਸ ਕਰਕੇ ਸਾਨੂੰ ਲੱਗਿਆ ਵੀ ਇਹ ਜਿਹੜਾ ਇਹ ਲੋਕਾਂ ਦਾ ਸੱਚ ਹੈ, ਲੋਕਾਂ ਦੀ ਜਿਹੜੀ ਲਈ ਸੱਚੇ ਧੰਦੇ ਨਾਲ ਲੜ ਰਹੇ ਆ ਇਹ ਲੋਕ ਲੜ ਰਹੇ ਆ, ਇਸ ਕਰਕੇ ਅਸੀਂ ਉਹ ਸੱਚ ਨੂੰ ਸਾਨੂੰ ਉਹ ਨੇ ਅਟਰੈਕਟ ਕੀਤਾ ਤੇ ਖਿੱਚਿਆ, ਤੇ ਬਾਕੀ ਇਹ ਮੇਰੇ ਉੱਤੇ ਜਿਸ ਕਿਸਮ ਦੇ ਰੇਡ ਹੋਏ, ਰੇਡ ਆਰਮੀ ਨੇ ਕੀਤਾ ਬਲੂ ਸਟਾਰ ਤੋਂ ਬਾਅਦ, ਫੌਜੀ ਹਮਲੇ ਤੋਂ ਬਾਅਦ ਕੀਤਾ, ਉਹ ਰੇਡ ਦਾ ਕਾਰਨ ਇਹ ਸੀ ਵੀ ਅਸੀਂ ਕੁਛ ਪੱਤਰਕਾਰ ਇਹ ਸਰਕਾਰੀ ਲੈਵਲ ਦੀ ਜਿਹੜੀਆਂ ਖਬਰਾਂ ਪਲਾਂਟ ਕਰਦੇ ਹੁੰਦੇ ਸੀਗੇ, ਗਲਤ ਖਬਰ ਭੇਜਦੇ ਸੀ, ਸਰਕਾਰੀ ਪੱਖ ਤੋਂ ਭੇਜੇ ਜਾਂਦੀਆਂ ਸੀ ਖਬਰਾਂ, ਜਾਂ ਜਿਹਨੂੰ ਅਸੀਂ ਅੰਗਰੇਜ਼ੀ ਚ ਪਲਾਂਟ ਕਹਿੰਦੇ ਹਾਂ, ਉਹ ਅਸੀਂ ਨੀ ਸੀ ਐਕਸੈਪਟ ਕਰਦੇ, ਅਸੀਂ ਉਸ ਤਰੀਕੇ ਨਾਲ ਖਬਰ ਨੀ ਸੀ ਭੇਜਦੇ, ਇਸ ਨੂੰ ਇਹ ਸਮਝਿਆ ਜਾਂਦਾ ਸੀ ਵੀ ਇਹ ਸੰਤ ਦੇ ਨੇੜੇ ਦੇ ਬੰਦੇ ਆ, ਨੇੜੇ ਦੇ ਬੰਦੇ ਵੀ ਕਹਿ ਦਿਓ, ਜਾਂ ਅਸੀਂ ਕੋਸ਼ਿਸ਼ ਕੀਤੀ ਸੀਗੀ ਵੀ ਅਸੀਂ ਸੱਚ ਦੇ ਲੈਵਲ ਤੇ ਕਰਨਾ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇਸ ਕਿਸਮ ਦਾ ਮਾਹੌਲ ਬਣ ਗਿਆ ਸੀ ਵੀ ਤੁਸੀਂ ਥੋੜੀ ਜਿਹੀ ਖਬਰ ਇੱਧਰ ਉੱਧਰ ਭੇਜੀ ਨੀ, ਕਈ ਕਿਸਮ ਦੀਆਂ ਤਾਕਤਾਂ ਕੰਮ ਕਰਦੀਆਂ ਹੁੰਦੀਆਂ ਸੀ, ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿਹੜੇ ਪਾਸੇ ਦੀ ਖਬਰ ਭੇਜ ਰਿਹਾ, ਇਸ ਕਰਕੇ ਨਾ ਅਸੀਂ ਪੁਲਿਸ ਤੇ ਇੰਟੈਲੀਜੈਂਸ ਏਜੰਸੀਆਂ ਦੇ ਹਵਾਲੇ ਨਾਲ ਕੋਈ ਖਬਰ ਭੇਜੀ, ਨਾ ਅਸੀਂ ਕਈ ਵਾਰ ਅਕਾਲੀ ਲੀਡਰਾਂ ਦੀ ਕੋਸ਼ਿਸ਼ ਹੁੰਦੀ ਸੀ ਵੀ ਖਬਰ ਨੂੰ ਗਲਤ ਤਰੀਕੇ ਨਾਲ ਆਪਦੇ ਹਿੱਤ ਲਈ ਲਾਈ ਜਾਵੇ ਲਵਾਈ ਜਾਵੇ, ਉਹ ਵੀ ਨਹੀਂ ਅਸੀਂ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਇੱਕ ਗੱਲ ਜ਼ਰੂਰ ਹੈ, ਅਸੀਂ ਕੋਈ ਵੀ ਸਾਨੂੰ ਸੰਤ ਪਿੰਡਾਂ ਵਾਲੇ ਕੈਂਪ ਵਿੱਚੋਂ ਕਦੇ ਨਹੀਂ ਕਿਹਾ ਗਿਆ ਸੀ ਵੀ ਸਾਡੀ ਆਹ ਖਬਰ ਲਾਓ, ਉਹਨਾਂ ਨੇ ਸਾਨੂੰ ਕਦੇ ਨਹੀਂ ਸੀ ਕਿਹਾ,
ਬਸ ਉਹ ਕਹਿੰਦੇ ਸੀ ਜੋ ਤੁਹਾਨੂੰ ਦਿਸਦਾ ਜੋ ਸੱਚ ਹੈ ਇੱਥੇ ਉਹਦੀ ਖਬਰ ਭੇਜਦੇ ਰਹੋ, ਸਾਨੂੰ ਕੋਈ ਇਤਰਾਜ਼ ਨੀ। ਔਰ ਇਸ ਕਰਕੇ ਸਾਡੇ ਨਾਲ ਸਾਨੂੰ ਉਹਨਾਂ ਨਾਲ ਕੋਈ ਕੰਸਨਟ੍ਰੇਸ਼ਨ ਵੀ ਨੀ ਕਿਸੇ ਲੈਵਲ ਤੇ ਆਈ। ਤੇ ਬਾਕੀ ਦੂਜੇ ਪਾਸੇ ਵਾਲੇ ਜਿਹੜੇ ਸਾਥੋਂ ਕੰਮ ਲੈਣਾ ਚਾਹੁੰਦੇ ਸੀ, ਆਪਦੇ ਪੱਖੀ ਕੰਮ ਲੈਣਾ ਚਾਹੁੰਦੇ ਸੀ, ਕਈ ਪੱਤਰਕਾਰ ਇਹ ਸਰਕਾਰ ਦੇ ਨਾਲ ਮਿਲ ਕੇ ਵੀ ਚੱਲਦੇ ਸੀਗੇ, ਤੇ ਫਿਰ ਉਹਨਾਂ ਨੂੰ ਖਤਰਾ ਵੀ ਹੁੰਦਾ ਸੀ, ਉਹ ਖਤਰਾ ਹੋਇਆ ਵੀ ਇੱਕ ਦੋ ਥਾਈ ਔਰ ਕਰੈਕਟ ਵੀ ਹੋਏ। ਇਹ ਅੱਛਾ ਪੱਤਰਕਾਰ ਗੌੜ ਜੀ ਦਾ ਤੁਸੀਂ ਹਵਾਲਾ ਦਿੰਦੇ ਹੋ ਕਿਤਾਬ ਚ, ਜਿਹੜਾ ਸੰਤਾਂ ਦੇ ਹੱਕ ਚ ਲਿਖਦਾ ਲਿਖਦਾ ਅਗੇਂਸਟ ਹੋ ਗਿਆ, ਜਿਹੜਾ ਫਿਰ ਗੁਰਸ਼ਰਨ ਨਾਟਕਕਾਰ ਉਹਨਾਂ ਦੀ ਕੁੜੀ ਨਾਲ ਵਿਆਹਿਆ ਗਿਆ, ਉਹਦੇ ਉਹਦੀ ਵੀ ਗੱਲ ਕਿਤੇ ਤੁਸੀਂ ਲਿਖਦੇ ਹੋ, ਉਹਦੇ ਕਰੈਕਟਰ ਬਾਰੇ ਦੱਸੋ ਜੀ। ਦੇਖੋ ਸੰਜੀਵ ਗੌੜ ਭਾਵਕ ਕਿਸਮ ਦਾ ਵਿਅਕਤੀ ਸੀਗਾ, ਤੇ ਹੁਣ ਅੱਜ ਕੱਲ ਉਹ ਪਿੱਛੋਂ ਗੜਬੜ ਉਹਦਾ ਮੈਂਟਲੀ ਵੀ ਹੋ ਗਿਆ ਸੀ, ਤੇ ਅੱਜ ਕੱਲ ਉਹ ਹੈ ਤਾਂ ਅਜੇ ਤੱਕ ਜਿੰਦਾ ਪਰ ਮੈਂਟਲ ਹੋਇਆ ਵਾ, ਪਾਗਲ ਜਾਂ ਨੀਮ ਪਾਗਲ ਹੋਇਆ ਵਾ ਰਹਿ ਰਿਹਾ। ਤੇ ਇਸ ਕਰਕੇ ਉਦੋਂ ਵੀ ਉਹਦੇ ਵਿੱਚ ਇਹ ਸਟੀਕ ਸੀਗੀ ਉਹਦੇ ਮਾਇੰਡ ਦੇ ਵਿੱਚ, ਉਹਦੇ ਵਿੱਚ ਉਹ ਚੱਲਦਾ ਚੱਲਦਾ ਪਤਾ ਨੀ ਲੱਗਦਾ ਹੁੰਦਾ ਸੀ ਅੱਜ ਕੀ ਅੱਜ ਕੱਲ ਕੀ ਲਿਖਦੇ। ਉਹ ਪਹਿਲਾਂ ਠੀਕ ਲਿਖਦਾ ਰਿਹਾ, ਪਿੱਛੋਂ ਪਤਾ ਨੀ ਕਿਸ ਤਰੀਕੇ ਨਾਲ ਉਹ ਏਜੰਸੀਆਂ ਦੇ ਹੱਥ ਤੇ ਚੜਿਆ ਔਰ ਸਰਕਾਰੀ ਹੱਥ ਤੇ ਚੜਿਆ, ਤੇ ਉਸਨੇ ਇੱਕੋ ਦਮ ਜਿਵੇਂ ਪੀ ਟੀ ਕੌਣ ਹੈ, ਇੱਕ ਸੰਤ ਦੇ ਨੇੜੇ ਬੰਦਾ ਹੁੰਦਾ ਸੀ ਪੀ ਟੀ ਮਾਸਟਰ ਸੀ, ਉਹ ਬਿਲਕੁਲ ਨੇੜੇ ਦਰਬਾਰ ਸਾਹਿਬ ਦੇ ਨੇੜੇ ਘਰ ਚ, ਉਸ ਦੇ ਬਾਰੇ ਇੱਕ ਪੂਰਾ ਉਹਦਾ ਪ੍ਰੋਫਾਈਲ ਹੀ ਲਿਖਤਾ, ਉਹਦੇ ਵਿੱਚ ਸਾਰਾ ਨੈਗੇਟਿਵ ਕਿ ਇਹ ਇੰਨਾ ਕ੍ਰਿਮੀਨਲ ਆ, ਇਹ ਆ ਕਰਦਾ ਕਰਦਾ, ਇਸ ਕਿਸਮ ਦੀਆਂ ਸਾਰੀਆਂ ਗੱਲਾਂ ਸ਼ੁਰੂ ਉਹਨੇ ਕਰਤੀਆਂ, ਜਿਹਦੇ ਨਾਲ ਮਤਲਬ ਇਹ ਸੀ ਵੀ ਅਕਸ਼ ਆ ਜਿਹੜਾ ਪਿੰਡਾਂ ਵਾਲੇ ਸੰਤ ਪਿੰਡਾਂ ਵਾਲੇ ਕੈਂਪ ਦਾ ਉਹ ਖਰਾਬ ਕਰਨਾ, ਤੇ ਜੇ ਤੁਸੀਂ ਫੇਰ ਉਹਦੇ ਤੇ ਫਿਰ ਹਮਲਾ ਵੀ ਹੋਇਆ ਅਟੈਕ ਵੀ ਹੋਇਆ, ਜੇ ਤੁਸੀਂ ਇੱਕ ਪਾਰਟੀ ਬਣ ਕੇ ਚੱਲਦਾ ਪ੍ਰੈਸ ਵਾਲਾ ਕੋਈ ਪੱਤਰਕਾਰ ਤਾਂ ਨੈਚੁਰਲੀ ਤੌਰ ਤੇ ਫਿਰ ਉਹਦੀ ਉਹ ਫਿਰ ਸਾਈਡ ਲੈਂਦਾ, ਤਾਂ ਉਹ ਆਪਣੇ ਆਪ ਨੂੰ ਟਾਰਗੇਟ ਵੀ ਬਣਾ ਲੈਂਦਾ, ਜਿਹਦੇ ਸੰਜੀਵ ਗੌੜ ਨੇ ਆਪਣੇ ਆਪ ਨੂੰ ਟਾਰਗੇਟ ਬਣਵਾਇਆ। ਹਾਂਜੀ ਸੀਨੀਅਰ ਪੱਤਰਕਾਰ ਸਰ ਜਸਪਾਲ ਸਿੰਘ ਨਾਲ ਨੇ ਗੱਲਬਾਤ ਚੱਲ ਰਹੀ ਹੈ ਸਾਖੀ ਨੀਲੇ ਤਾਰੇ ਦੇ ਬਾਰੇ, ਸਰਕਾਰੀ ਭਾਸ਼ਾ ਪਰ ਤੀਸਰਾ ਘੱਲੂਘਾਰਾ ਸਿੰਘਾਂ ਦਾ ਪਹਿਲਾ ਵੱਡਾ ਘੱਲੂਘਾਰਾ ਕੁੱਪਰ ਹੀੜੇ ਕਾਨੂੰ ਵਨ ਛੰਭ ਲਖਪਤ ਰਾਏ ਨੇ ਜਦ ਛੰਭਾਂ ਚ ਅੱਗ ਲਾਈ, ਕਿਹੋ ਜਿਹਾ ਸਮਾਂ ਸੀ ਰਾਵੀ ਦੇ ਉੱਪਰਲੇ ਬੰਨੇ ਛੰਭਾਂ ਨੂੰ ਅੱਗ ਲੱਗੀ, ਘੋੜਿਆਂ ਦੇ ਮਾਸ ਸੜਕੋ ਸੜਗੇ, ਸਿੰਘਾਂ ਦੇ ਪੱਟਾਂ ਨੂੰ ਸਿਰਾਂ ਨੂੰ ਚੋਲਿਆਂ ਨੂੰ ਅੱਗਾਂ ਲੱਗੀਆਂ, ਤੇ ਜੇਠ ਹਾੜ ਦੇ ਮਹੀਨੇ ਇੱਕ ਨਹੀਂ ਹੈ ਘੱਲੂਘਾਰੇ, ਜਿਉਂ ਜਿਉਂ ਘੱਲੂਘਾਰੇ ਹੋਏ ਹੋਏ ਜਿਉਂ ਜਿਉਂ ਸਾਨੂੰ ਵੱਢਦਾ ਸੀ ਦੂਣ ਚੁਆਣੇ ਹੋਏ, ਇਹ ਜਿਹੜੀ ਕਹਾਣੀ ਹੈ ਕੌਮ ਦੀ ਤੇ ਉਹਦੇ ਆਲੇ ਦੁਆਲੇ ਗੱਲ ਘੁੰਮਦੀ। ਆਖਰੀ ਸ਼ਬਦਾਂ ਦੇ ਵਿੱਚ ਸਰਦਾਰ ਸਾਹਿਬ ਮੈਨੂੰ ਇਉਂ ਦੱਸਿਓ ਕਿ ਸੰਤ ਜੀ ਨਾਲ ਕਿੰਨੀਆਂ ਕੁ ਜਿਹੜੀਆਂ ਮੁਲਾਕਾਤਾਂ ਹੋਈਆਂ ਤੇ ਉਹਨਾਂ ਮੁਲਾਕਾਤਾਂ ਦਾ ਕੀ ਪ੍ਰਭਾਵ ਸੀ? ਦੇਖੋ ਸੰਤਾਂ ਨਾਲ ਤਕਰੀਬਨ ਮੈਂ 83 ਦੇ 1983 ਦੇ ਅੱਧਕ ਚ ਚਲਾ ਗਿਆ ਉੱਥੇ, ਤੇ ਤਕਰੀਬਨ ਫਿਰ ਲਗਾਤਾਰ ਇਹ ਕਹਿ ਦਿਓ ਵੀ ਅਖੀਰਲੀ ਸਾਡੀ ਮੁਲਾਕਾਤ ਜਿਹੜੀ ਹੋਈ ਆ ਉਹ 3 June 1984 ਨੂੰ ਹੋਈ ਹੈ ਮੇਰੀ ਤੇ ਹੋਰ ਸਰਕਾਰਾਂ ਦੀ ਲਾਸਟ ਚ। ਤੇ ਸੰਤਾਂ ਦੇ ਬਾਰੇ ਮੇਰਾ ਪ੍ਰਭਾਵ ਇਹ ਸੀ ਵੀ ਸੰਤਾਂ ਨੇ ਪਤਾ ਲੱਗ ਗਿਆ ਸੀ, ਲੋਕਾਂ ਨੂੰ ਵਿਸ਼ਵਾਸ ਹੋ ਗਿਆ ਸੀ ਵੀ ਇਹ ਹੁਣ ਜਿਵੇਂ ਪਹਿਲਾਂ ਮੋਰਚਿਆਂ ਦਾ ਅਕਾਲੀ ਮੋਰਚਿਆਂ ਦਾ ਇਤਿਹਾਸ ਰਿਹਾ ਸੀ ਵੀ ਮੋਰਚਿਆਂ ਦੇ ਵਿੱਚੋਂ ਪ੍ਰਾਪਤੀ ਘੱਟ ਹੁੰਦੀ ਸੀ, ਅੱਧ ਅਧੂਰੇ ਛੱਡ ਦਿੱਤੇ ਜਾਂਦੇ ਸੀ, ਤੇ ਲੋਕਾਂ ਨੂੰ ਇਹ ਹੁੰਦਾ ਸੀ ਵੀ ਇਹ ਸੱਤਾ ਦੇ ਲਈ ਪਾਵਰ ਲਈ ਅਕਾਲੀ ਇਸ ਕਿਸਮ ਦੇ ਮੋਰਚੇ ਲਾਉਂਦੇ ਆ, ਪਰ ਸੰਤ ਵਾਰੀ ਵਾਰੀ ਕਹਿੰਦੇ ਸੀ ਵੀ ਐਤਕੀ ਆਰ ਪਾਰ ਦੀ ਲੜਾਈ ਹੈ, ਅਸੀਂ ਅਦਵਾਟਿਓ ਛੱਡ ਕੇ ਨਹੀਂ ਜਾਵਾਂਗੇ, ਐਤਕੀ ਸਿਰੇ ਲਾਵਾਂਗੇ, ਬੇਫਿਕਰੋ ਸਾਡੇ ਤੇ ਵਿਸ਼ਵਾਸ ਕਰੋ, ਅਸੀਂ ਆਪਣਾ ਸਿਰ ਦੇ ਦਿਆਂਗੇ, ਆਪਣੇ ਅਸੀਂ ਜਾਨਾਂ ਵਾਰ ਦਿਆਂਗੇ। ਅੱਛਾ ਅਖੀਰ ਤੱਕ ਉਹਨਾਂ ਨੇ ਵਾਰ ਵੀ ਦਿੱਤੀਆਂ। ਇਸ ਕਰਕੇ ਸੰਤ ਦਾ ਜਿਹੜਾ ਲੱਭੋ ਲਵਾਬ ਸੀ ਸਾਰਾ, ਉਹ ਕਹਿੰਦਾ ਹੁੰਦਾ ਸੀ ਵੀ ਸਿੱਖ ਗੁਲਾਮ ਹੈ, ਅਸੀਂ ਇੱਥੇ ਦੇਸ਼ ਵਿੱਚ ਆਜ਼ਾਦੀ ਲੈਣੀ ਆ, ਮੁਕਤੀ ਲੈਣੀ ਹੈ, ਤੇ ਇਸ ਕਿਸਮ ਦਾ ਮੁਕਤੀ ਦਾ ਹੀ ਮੈਂ ਇਸ ਘੱਲੂਘਾਰਾ ਜਿਹੜਾ ਅੱਜ ਦਾ ਘੱਲੂਘਾਰਾ ਦਿਵਸ ਹੈ ਇੱਥੇ ਪੰਜਾਬ 'ਚ ਮਨਾਇਆ ਜਾ ਰਿਹਾ ਹੈ 6 ਤਰੀਕ ਦਾ, ਇਹ ਇੱਥੇ ਇਹ ਘੱਲੂਘਾਰਾ ਕੀ ਇਹ ਮੁਕਤੀ ਦਿਵਸ ਹੈ, ਸਿੱਖਾਂ ਦੀ ਮੁਕਤੀ ਦੇ ਤੌਰ ਤੇ ਇਹਨੂੰ ਯਾਦ ਕਰਨਾ ਚਾਹੀਦਾ। ਔਰ ਸੰਤ ਪਿੰਡਰਾਂ ਵਾਲਿਆਂ ਨੇ ਉਸ ਕੌਮ ਦੀ ਮੁਕਤੀ ਲਈ ਆਪਣੀ ਸ਼ਹੀਦੀ ਦਿੱਤੀ, ਔਰ ਫਿਰ ਉਹਨਾਂ ਦੇ ਨਾਲ ਦੇ ਸਾਰੇ 150 ਜਿਹੜੇ ਤਕਰੀਬਨ ਲੜਨ ਵਾਲੇ ਸਿੰਘ ਜੁਝਾਰੂ ਸਿੰਘ ਸੀਗੇ ਉਹਨਾਂ ਨੇ ਵੀ ਆਪਣੀਆਂ ਸ਼ਹੀਦੀਆਂ ਦਿੱਤੀਆਂ, ਉਹਨਾਂ ਵਿੱਚੋਂ ਕੋਈ ਭੱਜਿਆ ਨਹੀਂ, ਕਿਸੇ ਨੇ ਹੱਥ ਖੜੇ ਕਰਕੇ ਬਾਹਰ ਨਹੀਂ ਨਿਕਲਿਆ। ਤੇ ਇਸ ਕਰਕੇ ਇਹ ਸੰਤਾਂ ਦਾ ਜਿਹੜਾ
ਕਰੈਕਟਰ ਹੈ ਜਾਂ ਸੰਤਾਂ ਦਾ ਅਕਸ਼ ਹੈ, ਉਹ ਉਸ ਕਿਸਮ ਦੇ ਵਿਅਕਤੀ ਦਾ ਅਕਸ਼ ਹੈ ਜਿਹੜਾ ਕਿ ਆਪਣੀ ਕਰਨੀ ਕਹਿਣੀ ਤੇ ਕਰਨੀ ਦਾ ਪੂਰਾ ਹੁੰਦਾ, ਤੇ ਇਸ ਇਸ ਇਹੀ ਇਸੇ ਕਿਸਮ ਦੀਆਂ ਕਹਿਣੀ ਦੇ ਉੱਤੇ ਉਹ ਕਰਨੀ ਉੱਤੇ ਸ਼ਹੀਦੀ ਪਾਉਂਦਾ, ਤੇ ਉਹ ਉਹਦੇ ਨਾਲ ਹੀ ਸਿੱਖ ਇਤਿਹਾਸ ਅੱਗੇ ਨੂੰ ਵੱਧਦਾ, ਤੇ ਸਿੱਖ ਇਤਿਹਾਸ ਦੇ ਵਿੱਚ ਜਦੋਂ ਤੱਕ ਸਿੱਖ ਮਜ਼ਬੂਤੀ ਨਾਲ ਅਖਲਾਕੀ ਬੁਲੰਦੀ ਵੱਲ ਵਧੇ ਹੈ, ਉਦੋਂ ਇਹੋ ਜਿਹੇ ਇਸ ਇਹੋ ਜਿਹੇ ਮੌਕੇ ਘੱਲੂਘਾਰਿਆਂ ਵਿੱਚ ਸ਼ਹੀਦੀਆਂ ਦਿੱਤੀਆਂ ਔਰ ਬੜੇ ਸਿਦਕ ਨਾਲ ਉਸ ਜਬਰ ਨੂੰ ਜ਼ੁਲਮ ਨੂੰ ਸਹਿ ਝੱਲਿਆ ਲੋਕਾਂ ਨੇ ਔਰ ਸਿੱਖਾਂ ਨੇ ਖਾਸ ਕਰਕੇ। ਹਾਂਜੀ ਅੱਛਾ ਸਰ ਸਾਹਿਬ, 35 ਵਰੇ ਬੀਤ ਗਏ, 2000 ਦੇ ਵਿੱਚ ਉਹਨਾਂ ਦੀ ਫੋਟੋ ਤੇ ਉਹਨਾਂ ਦੀ ਕਸੈਟ ਸੁਣਨੋਂ ਡਰਦਾ ਸੀ ਬੰਦਾ, ਤੂੜੀ ਵਾਲੇ ਬੈਠ ਕੇ ਉਹਨਾਂ ਦੀਆਂ ਰੀਲਾਂ ਸੁਣਦੇ ਰਹੇ ਤੇ ਪ੍ਰਕਾਰ ਚ, ਇਹ 19 ਵਰਿਆਂ ਦੇ ਵਿੱਚ ਕੀ ਫਰਕ ਤੁਸੀਂ ਮਹਿਸੂਸ ਕਰਦੇ ਹੋ ਉਹਨਾਂ ਨੂੰ ਤੇ ਉਹ ਕਰਨ ਵਾਲਿਆਂ ਦਾ, ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦਾ ਘੇਰਾ ਜਿਹੜਾ ਉਹ ਵੱਧਦਾ ਜਾ ਰਿਹਾ? ਅੱਛਾ ਤੇ ਨਾਲ ਹੀ ਇਹ ਦੱਸਿਓ ਕਿ ਉਹਨਾਂ ਦੇ ਬਾਰੇ ਜਦ ਵੀ ਕੋਈ ਗੱਲ ਕਰਦਾ ਉਹਨਾਂ ਦੇ ਵਿਰੋਧੀ ਵੀ ਕਿੰਨੇ ਨੇ ਪੰਜਾਬ ਚ ਬੈਠੇ ਤੇ ਅੱਜ ਤੱਕ ਖੁੱਲ੍ਹੇਆਮ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਕਿਸੇ ਨੇ ਪਬਲਿਕ ਪਲੇਸ ਤੇ ਆ ਕੇ ਵਿਰੋਧ ਨਹੀਂ ਕੀਤਾ, ਖਾਸ ਤੌਰ ਤੇ ਪੋਲੀਟੀਕਲ ਪਾਰਟੀਆਂ ਵਾਲਿਆਂ ਨੇ? ਉਹਨਾਂ ਦੇ ਇਸ ਬਾਰੇ ਦੱਸੋ ਕਿ ਅੱਜ ਉਹਨਾਂ ਨੂੰ ਪਿਆਰ ਕਰਨ ਵਾਲੇ, ਉਹਨਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਤੇ ਕਿਹੋ ਜਿਹੇ ਲੋਕ ਨੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ? ਦੇਖੋ ਹਿਸਟਰੀ ਵਿੱਚ ਉਹਨਾਂ ਦਾ ਰੁਤਬਾ ਬੰਦਾ ਬਹਾਦਰ ਤੋਂ ਬਾਅਦ ਉਹਨਾਂ ਦਾ ਰੁਤਬਾ ਆਪਣੇ ਆਪ ਵਿੱਚ ਵੱਡਾ ਰੁਤਬਾ ਬਣ ਗਿਆ, ਕਿਉਂਕਿ ਉਹਨਾਂ ਨੇ ਸਾਰਾ ਸਿੱਖਾਂ ਲਈ ਜਿਸ ਕਿਸਮ ਦੀ ਕੁਰਬਾਨੀ ਦਿੱਤੀ, ਜਾਂ ਸਿੱਖਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਇੱਕ ਲੜਾਈ ਕਰਨ ਲਈ ਤਿਆਰ ਕੀਤਾ, ਕਿਉਂਕਿ ਇਹ ਇਹ ਹੈ ਵੀ ਜਿਹੜੀ ਜੇ ਇਸ ਕਿਸਮ ਦਾ ਦਰਬਾਰ ਸਾਹਿਬ ਉੱਤੇ ਹਮਲਾ ਕੋਈ 225 ਸਾਲ ਬਾਅਦ ਹੋਇਆ, 250 ਸਾਲ ਦੇ ਬਾਅਦ ਤਕਰੀਬਨ ਇਹ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਤੋਂ ਬਾਅਦ ਹੋਇਆ, ਤਾਂ ਉਸ ਤੋਂ ਬਾਅਦ ਲੰਬਾ ਸਮਾਂ ਇਹ ਲੰਘ ਗਿਆ ਸੀ ਵੀ ਸਿੱਖਾਂ ਨੇ ਲੜਾਈ ਲਈ ਹਥਿਆਰ ਨਹੀਂ ਸੀ ਚੱਕੇ, ਉਹ ਸਰਕਾਰਾਂ ਨਾਲ ਮਿਲ ਕੇ ਚੱਲਦੇ ਸੀ ਜਾਂ ਸ਼ਾਂਤਮਈ ਤੌਰ ਤਰੀਕੇ ਨਾਲ ਚੱਲਦੇ ਸੀ, ਉਹ ਜਿਹੜੇ ਪਹਿਲਾਂ ਲੜਾਈਆਂ ਦਾ ਜਿਹੜਾ ਪਹਿਲਾ ਦੌਰ ਸੀ ਸਾਰਾ ਸਿੱਖ ਜਦੋਂ ਹਥਿਆਰ ਚੱਕ ਕੇ ਲੜਨ ਲਈ ਤਿਆਰ ਹੋ ਜਾਂਦਾ ਸੀ ਉਹ ਦੌਰ ਭੁੱਲ ਚੁੱਕੇ ਸੀ। ਇਹ ਬੜੀ ਵੱਡੀ ਗੱਲ ਹੈ ਵੀ ਇੰਨੇ ਸਾਲਾਂ ਪਿੱਛੋਂ ਇਹਨਾਂ ਨੇ ਟੋਟਲ ਸਾਰੀ ਕੌਮ ਨੂੰ ਹਥਿਆਰਬੰਦ ਕਰਤਾ, ਤੇ ਹਥਿਆਰਬੰਦ ਕਰਕੇ ਲੜਾਈ ਇੱਕ ਸਟੇਟ ਨਾਲ, ਇੰਡੀਅਨ ਸਟੇਟ ਨਾਲ ਲੜ ਕੇ ਦਿਖਾਈ। ਉਹ ਉਹ ਸਟੇਟ ਭਾਵੇਂ ਹੁਣ ਅਹਿਮਦ ਸ਼ਾਹ ਅਬਦਾਲੀ ਦਾ ਬਦਲ ਸੀ ਜਾਂ ਮੁਗਲ ਰਾਜ ਦਾ ਬਦਲ ਸੀ, ਇਸ ਕਰਕੇ ਇਹ ਬਹੁਤ ਵੱਡੀ ਕੁਰਬਾਨੀ ਹੈ ਜਿਹਨੂੰ ਕਿ ਸਿੱਖ ਭੁੱਲ ਹੀ ਨਹੀਂ ਸਕਦੇ, ਤੇ ਇਸੇ ਕਰਕੇ ਯਾਦ ਕਰਦੇ ਆ। ਸਮਾਂ ਇਹ ਜ਼ਰੂਰ ਸੀਗਾ, ਡਰ ਸੀ, ਬਹੁਤ ਵੱਡਾ ਸਮਾਂ ਸੀ ਜਿਹੜਾ ਕਿ ਸਰਕਾਰ ਨੇ ਇੰਨਾ ਜ਼ਿਆਦਾ 7-8 ਡਿਵੀਜ਼ਨਾਂ ਨੂੰ ਮੋਬਲਾਈਜ਼ ਕੀਤਾ ਔਰ ਸਿੱਧੇ 15,000 ਤੋਂ 20,000 ਦੇ ਨੇੜ ਤੇੜ ਸਿੱਧਾ ਫੌਜੀ ਆਲੇ ਦੁਆਲੇ ਦਰਬਾਰ ਸਾਹਿਬ ਦੇ ਨਾਲ ਉੱਤੇ ਹਮਲੇ ਵਿੱਚ ਸ਼ਾਮਲ ਹੋਇਆ, ਤੇ ਫਿਰ ਇੰਨੇ ਬੰਦਿਆਂ ਨੂੰ 150 ਬੰਦਿਆਂ ਨੇ ਕਰਾਰੇ ਲੈਵਲ ਤੇ ਮੁਕਾਬਲਾ ਕੀਤਾ ਔਰ ਬਹੁਤ ਛੋਟੇ ਛੋਟੇ ਹਥਿਆਰਾਂ ਦੇ ਨਾਲ। ਹਾਂਜੀ, ਤੇ ਇਹ ਸਾਰਾ ਕੁਛ ਆਪਣੇ ਆਪ ਵਿੱਚ ਬੜਾ ਅਦੁੱਤੀ ਹੈ, ਬੜਾ ਹੈਰਾਨੀ ਕਰਨ ਵਾਲਾ ਔਰ ਸਿਦਕ ਦੀ ਸਿਖਰ ਦਾ ਇਹ ਪ੍ਰਗਟਾਵਾ ਸਾਰਾ ਸੀ। ਇਸ ਕਰਕੇ ਸੰਤ ਪਿੰਡਾਂ ਵਾਲਿਆਂ ਨੂੰ ਜੇ ਉਸ ਮੌਕੇ ਤੇ ਸਰਕਾਰ ਦੇ ਜਿਹੜੇ ਕਹਿਰ ਦਾ ਮੌਕਾ ਹੁੰਦਾ ਜਦੋਂ ਇਹ ਸਾਰਾ ਦਰਬਾਰ ਸਾਹਿਬ ਉੱਤੇ ਹਮਲਾ ਹੋ ਕੇ ਹਟਿਆ ਸੀ, ਉਦੋਂ ਕਈ ਸਾਲ ਤੱਕ ਕਹਿਰ ਵਰਤਿਆ, ਉਹ ਕਹਿਰ ਦੇ ਵਿੱਚ ਨਹੀਂ ਸੀ ਸੰਤ ਪਿੰਡਾਂ ਵਾਲੇ ਨੂੰ ਦੁਬਾਰਾ ਯਾਦ ਕਰ ਸਕਦੇ ਜਾਂ ਉਹਨਾਂ ਉਸ ਤਰੀਕੇ ਨਾਲ ਪਬਲਿਕ ਤਰੀਕੇ ਨਾਲ। ਅੱਜ ਕੱਲ੍ਹ ਉਸ ਤੋਂ ਬਾਅਦ ਸਾਰੇ ਸੰਤ ਪਿੰਡਾਂ ਵਾਲਿਆਂ ਦੀਆਂ ਫੋਟੋ ਕਾਰਾਂ ਤੇ ਲੋਕ ਲਾਈ ਫਿਰਦੇ ਆ, ਤੇ ਇਸ ਕਰਕੇ ਉਹਨਾਂ ਦਾ ਦੁਬਾਰਾ ਮੁੜ ਲੋਕਾਂ ਦੇ ਵਿੱਚ ਉਹ ਇਸ ਲੈਵਲ ਤੇ ਸ਼ਰਧਾ ਦੇ ਲੈਵਲ ਤੇ ਉਹਨਾਂ ਦਾ ਅਕਸ਼ ਦਾ ਖੜਾ ਹੋ ਜਾਣਾ ਜ਼ਰੂਰੀ ਸੀ ਔਰ ਹੋ ਵੀ ਗਿਆ। ਤੇ ਪਰ ਅਕਾਲੀ ਦਲ ਨੇ ਸੰਤ ਨੂੰ ਉਦੋਂ ਅਡਾਪਟ ਕੀਤਾ ਜਾਂ SGPC ਵਿੱਚ ਉਸ ਵੇਲੇ ਉਹਨਾਂ ਦਾ ਜਿਹੜਾ ਯਾਦਗਾਰ ਬਣ ਦਿੱਤੀ ਜਦੋਂ ਉਹਨਾਂ ਨੂੰ ਲੱਗਿਆ ਵੀ ਹੁਣ ਜਿਹੜੀਆਂ ਖਾੜਕੂ ਤੇ ਜੁਝਾਰੂ ਮੂਵਮੈਂਟ ਆ ਉਹ ਖਤਮ ਹੋ ਗਈ ਆ, ਹੁਣ ਬਾਕੀ ਉਸ ਕਿਸਮ ਦਾ ਵੱਡਾ ਆਭਾਰ ਨਹੀਂ ਉੱਠੇਗਾ ਸਿੱਖਾਂ ਦੇ ਵਿੱਚ, ਫਿਰ ਇਹਨਾਂ ਨੇ ਸਿਸਟੇਮੈਟਿਕਲੀ ਤਰੀਕੇ ਨਾਲ ਉਹਨਾਂ ਨੂੰ ਸੰਤਾਂ ਦਾ ਯਾਦਗਾਰ 20 ਸਾਲਾਂ ਬਾਅਦ ਬਣਨ ਦਿੱਤੀ। ਤੇ ਉਸ ਤੋਂ ਬਾਅਦ ਕੋਸ਼ਿਸ਼ ਕੀਤੀ, ਪ੍ਰੈਸ਼ਰ ਤਾਂ ਮੁੱਢ ਤੋਂ ਹੀ ਰਿਹਾ ਪਰ ਕੋਸ਼ਿਸ਼ ਇਹ ਕੀਤੀ ਵੀ ਸੰਤ ਨੂੰ ਹੁਣ ਅਪਣਾ ਕੇ ਅਕਾਲੀ ਦਲ ਦਾ ਵੀ ਹਿੱਸਾ ਬਣਾਇਆ ਜਾਵੇ। ਇਹ ਬਣਾਉਂਦੇ ਰਹੇ ਆ ਜਿਵੇਂ ਹਮੇਸ਼ਾ ਹੀ ਹੁੰਦਾ ਵੀ ਹੀਰੋ ਨੂੰ ਤੁਸੀਂ ਆਪਣੇ ਜੇਬ ਵਿੱਚ ਪੋਕਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਅਕਾਲੀ ਦਲ ਨੇ ਕੀਤੀ ਔਰ ਸਰਕਾਰਾਂ ਉਸ ਵੇਲੇ ਸਰਕਾਰਾਂ ਇੰਦਰਾ ਗਾਂਧੀ ਰਹੀ ਨਹੀਂ ਸੀ, ਉਸ ਕਾਂਗਰਸ ਬਦਲ ਗਈ ਸੀ,
ਸਾਰੇ ਹਾਲਾਤ ਬਦਲ ਗਏ ਸੀ। ਹਾਲਾਤ ਸਦਾ ਤਾਂ ਰਹਿੰਦੇ ਨੀ, ਇਸ ਕਰਕੇ ਬਦਲ ਗਏ ਹਾਲਾਤ। ਸਿੱਧੂ ਸਾਹਿਬ ਤੁਹਾਡੇ ਸਮੇਂ ਲਈ ਧੰਨਵਾਦ ਜੀ। 2 ਵਜੇ ਅਗਲੇ ਹਫ਼ਤੇ ਤੁਹਾਡਾ ਦਿਨ ਮੁਕਰਰ ਤੁਹਾਡੇ ਤੋਂ ਕਰਕੇ ਮੈਂ 1.5 ਘੰਟਾ, ਇਹਦੇ 'ਚ ਬਹੁਤ ਸਵਾਲ ਨੇ ਜਿਨ੍ਹਾਂ ਨੂੰ ਮੈਂ ਸਨਮੁਖ ਲੋਕਾਂ ਦੇ ਕਰਨਾ ਚਾਹੁੰਦਾ। ਤੁਸੀਂ ਸਮਾਂ ਦਿੱਤਾ ਅੱਜ ਦਾ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਇਹ ਸੰਸਾਰ ਜਸਪਾਲ ਸਿੰਘ ਸਿੱਧੂ ਚੰਡੀਗੜ੍ਹ ਤੋਂ ਗੱਲ ਕਰ ਰਹੇ ਸੀ। ਅਗਲੇ ਹਫ਼ਤੇ ਮੈਂ ਕਿਸੇ ਦਿਨ ਇਹਨਾਂ ਨੂੰ ਲਿਆ ਕੇ, ਜਿਸ ਦਿਨ ਇਹ ਕਹਿਣ 11:30 ਵਜੇ ਸ਼ੁਰੂ ਕਰਾਂਗੇ, ਫਿਰ 1 ਵਜੇ ਤੱਕ ਇਹਨਾਂ ਨਾਲ 1.5 ਘੰਟਾ ਮੈਂ ਗੱਲ ਕਰਨੀ ਚਾਹੁੰਦਾ। ਬਹੁਤ ਸਵਾਲ ਨੇ ਇਹਦੇ 'ਚ ਜਿਹੜੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਕਿਉਂਕਿ ਉਹ ਸੀਰੀਜ਼ ਵੀ ਬੰਦ ਹੋ ਗਈ ਜਿਹੜੀ ਸ਼ੁਰੂ ਕੀਤੀ ਹੋਈ ਸੀ। ਇਹ ਪੰਜਾਬ ਚਲੇ ਗਏ, ਇੱਥੇ ਆਏ ਹੋਏ।